ਵੀ ਪੰਜਾਬ ਤੁਸੀਂ ਦੇਖ ਰਹੇ ਮੈਂ ਹਾਂ ਮੁਸਕਾਨ ਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਲੈਕਸ਼ਨਸ ਵਿੱਚ ਉਹਨਾਂ ਦਾ ਵਿਰੋਧ ਕਰਦੇ ਕਰਦੇ ਕੁਝ ਲੋਕ ਹੁਣ ਗੁਰੂ ਘਰਾਂ ਦਾ ਵੀ ਵਿਰੋਧ ਕਰਨ ਲੱਗ ਗਏ ਨੇ ਉਹਨਾਂ ਨੇ ਦੱਸਿਆ ਕਿ ਬਾਲਾ ਸਾਹਿਬ ਗੁਰਦੁਆਰਾ ਜਿਸ ਨੂੰ ਪੁਰਾਣੇ ਰਹਿ ਚੁੱਕੇ ਪ੍ਰਧਾਨ ਵੀ ਨਹੀਂ ਪੂਰਾ ਕਰ ਸਕੇ ਇਸ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕੁਝ ਨੌਜਵਾਨਾਂ ਦੀ ਟੀਮ ਨੇ ਉਸ ਹਸਪੀਟਲ ਵਿੱਚ ਪਹਿਲਾਂ 100 ਬੈੱਡ ਅਤੇ ਹੁਣ 150 ਬੈੱਡ ਬਣਾ ਕੇ ਉਸ ਹਸਪਤਾਲ ਨੂੰ ਪੂਰਾ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਹਸਪਤਾਲ 7 ਅਗਸਤ ਨੂੰ ਸ਼ੁਰੂ ਹੋਣਾ ਸੀ। ਪਰ ਕੁਝ ਪਾਰਟੀਆਂ ਨੇ ਚਿੱਠੀਆਂ ਲੈ ਕੇ ਇਸ ਹਸਪਤਾਲ ਨੂੰ ਰੁਕਵਾਉਣ ਦੀ ਮੰਗ ਕੀਤੀ। ਨਾਲ ਹੀ ਉਹਨਾਂ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੋਰੋਨਾ ਮਹਾਮਾਰੀ ਕਾਰਨ ਆਪਣੀ ਜਾਨ ਗੁਆਣ ਵਾਲਿਆਂ ਦੀ ਆਰਥਿਕ ਮਦਦ ਕਰਨ ਦਾ ਜੋ ਫੈਸਲਾ ਲਿਆ ਗਿਆ ਸੀ ਉਸ ਨੂੰ ਕਿਸੇ ਵੀ ਹਾਲ ਵਿੱਚ ਪੂਰਾ ਕੀਤਾ ਜਾਵੇਗਾ। ਮਨਜਿੰਦਰ ਸਿੰਘ ਸਿਰਸਾ ਨੇ ਹੋਰ ਕੀ ਕੀ ਕੀਤਾ ਆਉ ਤੁਹਾਨੂੰ ਸੁਣਾਣੇ ਆ ਇਹ ਵੀਡੀਓ ਸਾਨੂੰ ਬੜੇ ਦੁੱਖ ਨਾਲ ਪਾਣੀ ਪੈ ਰਹੀ ਆ ਬੜਾ ਅਫਸੋਸ ਸਾਨੂੰ ਇਸ ਗੱਲ ਦਾ ਹੈ ਕਿ ਦਿੱਲੀ ਦੇ ਅੰਦਰ ਸਾਡੇ ਇਲੈਕਸ਼ਨਾਂ 'ਚ ਵਿਰੋਧ ਕਰਨ ਵਾਲੇ ਲੋਕ ਸਾਡਾ ਵਿਰੋਧ ਕਰਦੇ ਕਰਦੇ ਗੁਰੂ ਘਰਾਂ ਦਾ ਵਿਰੋਧ ਕਰਨ ਲੱਗ ਪਏ ਔਰ ਇਸ ਕਦਰ ਕਰਨ ਲੱਗ ਪਏ ਜੋ ਇੱਕ ਬਹੁਤ ਹੀ ਦੇਸ਼ اور ਦਿੱਲੀ ਦੇ ਵਾਸਤੇ ਸਿੱਖਾਂ ਦੀ ਅਹਿਮ ਥਾਂ ਆ ਬਾਲਾ ਸਾਹਿਬ ਹਸਪੀਟਲ ਜੋ ਕਿ ਪ੍ਰਾਣੇ ਪ੍ਰਧਾਨ ਭਾਵੇਂ ਸਦਾਰ ਪਰਮਜੀਤ ਸਿੰਘ ਸਰਨਾ ਹੋਣ ਜਾਂ ਸਦਾਰ ਮਨਜੀਤ ਸਿੰਘ ਜੀ ਕੇ ਹੋਣ 12 ਸਾਲਾਂ ਚ ਉਹ ਪ੍ਰਧਾਨ ਰਹੇ 6 ਸਾਲੇ ਪ੍ਰਧਾਨ ਰਹੇ ਹਸਪੀਟਲ ਨਹੀਂ ਬਣਾ ਸਕੇ ਪਰ ਤੁਹਾਡੇ ਸਦਕੇ ਸੰਗਤ ਦੇ ਸਦਕੇ ਗੁਰੂ ਸਾਹਿਬ ਦੇ ਤਰ ਸਦਕੇ ਇਹ ਨੌਜਵਾਨਾਂ ਦੀ ਟੀਮ ਨੇ ਕੇਵਲ ਪਿਛਲੇ ਇਹਨਾਂ ਕੋਵਿਡ ਦੇ ਦੌਰਾਨ ਹੀ ਪਹਿਲਾਂ 100 ਬੈੱਡ ਦਾ ਕਿਡਨੀ ਹਸਪੀਟਲ ਬਣਾਇਆ ਹੁਣ 750 ਬੈੱਡ ਦਾ ਜਿਹੜਾ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਇੱਕ ਮਹਾਨ ਸੇਵਾ ਸ਼ੁਰੂ ਕੀਤੀ ਗਈ ਸੀ ਔਰ ਸੰਤ ਬਾਬਾ ਬਚਨ ਸਿੰਘ ਜੀ ਉਹਨਾਂ ਨੇ ਬਹਾਰੇ ਸੀ ਉਸ ਨੂੰ ਉਸ ਹਸਪੀਟਲ ਜੋ ਕਿ ਅਗਸਤ 7 ਨੂੰ ਚਾਲੂ ਹੋਣ ਜਾ ਰਿਹਾ ਹੈ ਉਸ ਨੂੰ ਰੁਕਾਉਣ ਵਾਸਤੇ ਦੋਵੇਂ ਪਾਰਟੀਆਂ ਨੇ ਇਹ ਚਿੱਠੀਆਂ ਲਿਖ ਕੇ ਤੇ ਹਸਪੀਟਲ ਰੁਕਾਉਣ ਦਾ ਕੰਮ ਸ਼ੁਰੂ ਕੀਤਾ ਹੈ ਸੰਗਤ ਜੀ ਮੈਂ ਦੱਸਣਾ ਚਾਹਣਾ ਹੈ ਇੱਕ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦੇ ਪਾਰਟੀ ਦੇ ਆਗੂ ਵੱਲੋਂ ਔਰ ਦੂਜਾ ਸਲਾਰ ਮਨਜੀਤ ਸਿੰਘ ਜੀ ਕੇ ਜੀ ਦੀ ਪਾਰਟੀ ਦੇ ਆਗੂ ਵੱਲੋਂ ਇਹ ਲਿਖਤ ਚ ਕਿਹਾ ਗਿਆ ਕਿ ਇਹ ਹਸਪਤਲ 125 ਬੈਂਡ ਦਾ ਜਿਹੜਾ ਹਸਪਤਲ ਆ ਬਾਲਾ ਸਾਹਿਬ ਇਸ ਦਾ ਕੰਮ ਰੁਕਵਾਇਆ ਜਾਵੇ ਇਹਦਾ ਕੰਮ ਨਹੀਂ ਹੋਣਾ ਚਾਹੀਦਾ ਔਰ ਇਸ ਤੋਂ ਵੀ ਵੱਡਾ ਦੁੱਖ ਇਸ ਗੱਲ ਦਾ ਹੋਇਆ ਜਿਹੜੇ ਸਾਡੇ ਸਿੱਖ ਪ੍ਰਚਾਰ ਕਰਨ ਵਾਲੇ ਰਾਗੀ ਟਾਢੀ ਕੀਰਤਨੀਏ ਕਥਾਵਾਚਕ ਪਾਠੀ ਜਿਹੜੇ ਸਾਡੀ ਅਰਦਾਸਾਂ ਕਰਦੇ ਨੇ ਸੁੱਖ ਦੀਆਂ ਜਿਹੜੇ ਕੋਵਿਡ ਦੇ ਦੌਰਾਨ ਜਿਨ੍ਹਾਂ ਦੇ ਘਰਾਂ ਦਾ ਸਿਰਾਂ ਦਾ ਤਾਜ ਉੱਡ ਗਿਆ ਜੋ ਕੋਵਿਡ ਚ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਦੇ ਘਰਾਂ ਦੇ ਅੰਦਰ ਬਹੁਤ ਵੱਡੀ ਵਿਪਤਾ ਆ ਗਈ ਔਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆਪਣਾ ਫਰਜ਼ ਸਮਝਦਿਆਂ ਉਹਨਾਂ ਨੇ ਬੱਚਿਆਂ ਨੂੰ ਪੜਾਉਣ ਦੀ ਗੱਲ ਕੀਤੀ ਉਹਨਾਂ ਦੀ ਪੈਨਸ਼ਨ ਨਾਉਣ ਦੀ ਗੱਲ ਕੀਤੀ ਉਹਨਾਂ ਦੇ ਬੱਚਿਆਂ ਨੂੰ 21000 ਸਗਨ ਦੇਣ ਦੀ ਗੱਲ ਕੀਤੀ ਰਾਗੀ ਢਾਡੀ ਕੀਰਤੀਆਂ ਨੂੰ ਆਰਥਿਕ ਸਹਾਇਤਾ ਦੇਣ ਦੀ ਗੱਲ ਕੀਤੀ ਉਸ ਨੂੰ ਰੁਕਵਾਉਣ ਵਾਸਤੇ ਇਹ ਅਨਾਉਂਸ ਕਰ ਰਹੇ ਨੇ ਕਿ ਕੋਡ ਆਫ ਕੰਡਕਟ ਲੱਗਾ ਅਸੀਂ ਕਿਸੇ ਸੂਰਤ ਅੰਦਰ ਨਹੀਂ ਹੋਣ ਦੇਾਂਗੇ ਕੱਲ ਦੇ ਮੈਨੂੰ ਸਰਦਾਰ ਰਬੀਂਦ ਸਿੰਘ ਜੀ ਨੂੰ ਸਾਨੂੰ ਸਾਰਿਆਂ ਨੂੰ ਬੜੇ ਫੋਨ ਆ ਰਹੇ ਨੇ ਰਾਗੀਆਂ ਦੇ ਫੋਨ ਆਏ ਕਿਸदार ਜੀ ਕੀ ਹੋਊਗਾ ਸਾਡਾ ਹੁਣ ਉਹ ਤੇ ਕਹ ਰਹੇ ਅਸੀਂ ਨਹੀਂ ਲਾਗੂ ਹੁੰਦਿਆਂਗੇ ਇਹਨੂੰ ਮੈਨੂੰ ਬੜਾ ਦੁੱਖ ਹੋਇਆ ਕਿ ਆਪਾਂ ਇਸ ਕਦਰ ਗਿਰ ਗਏ ਆ ਯਾਰ ਉਹਨਾਂ ਉਹ ਕੌਣ ਜਾਣਦਾ ਕਿਸੇ ਕੋਲ ਗੁਰਦੁਆਰਾ ਕਮੇਟੀ ਕੋ ਅਗਰ ਉਹ ਆਏ ਨਹੀਂ ਉਹਨਾਂ ਦੀ ਕਿੱਡੀ ਮਜਬੂਰੀ ਹੋਊਗੀ ਵਿਚਾਰਿਆਂ ਦੀ ਔਰ ਗੁਰਦੁਆਰਾ ਕਮੇਟੀ ਨੇ ਸੰਭਾਲ ਲੈ ਇਹਨਾਂ ਨੂੰ ਹੁਣ ਗੁਰਦੁਆਰਾ ਕਮੇਟੀ ਆਪਣੇ ਰਾਗੀ ਟਾੜੀਆਂ ਦੀ ਵੀ ਗੱਲ ਨਾ ਕਰੇ ਜਿਹੜੇ ਕੋਵਿਡ ਅੰਦਰ ਚਲੇ ਗਏ ਉਹਨਾਂ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਨਾ ਦੇ ਵੀ ਉਹਨਾਂ ਬੱਚਿਆਂ ਦੀ ਗੱਲ ਨਾ ਕਰੇ ਕਿੱਡੀ ਸ਼ਰਮ ਦੀ ਗੱਲ ਆ ਪਰ ਮੈਂ ਇਹ ਵੀਡੀਓ ਤਾਂ ਪਾਈ ਆ ਮੇਰੇ ਵੀਰੋ ਤੁਸੀਂ ਘਬਰਾਓ ਨਾ ਕੱਰਾ ਦਿਨ ਸਾਡੇ ਨਾਮਿਨੇਸ਼ਨ ਰੱਦ ਸਾਨੂੰ ਕੋਈ ਗੱਲ ਨਹੀਂ ਆਗੀ ਕੋਈ ਫਰਕ ਨਹੀਂ ਆਗਾ ਅੱਗੇ ਸਾਡੀ ਪਾਰਟੀ ਰੱਦ ਕਰਾਈ ਸੀ ਇਹਨਾਂ ਨੇ ਸਿੰਬਲ ਵੀ ਸਾਡਾ ਰੱਦ ਕਰਾਇਆ ਸੀ ਭੰਗੜੇ ਪਾਉਂਦੇ ਹੁੰਦੇ ਸੀਗੇ ਰੱਦ ਕਰਾ ਕੇ ਅਸੀਂ ਡਰੇ ਨਹੀਂ ਕਿਉਂਕਿ ਸਾਡੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਾਡਾ ਵਿਸ਼ਵਾਸ ਹੈ ਉੱਥੇ ਅਸੀਂ ਹੁਣ ਵੀ ਨਹੀਂ ਪਿੱਛੇ ਹਟਾਂਗੇ ਅਸੀਂ ਜੋ ਤੁਹਾਡਾ ਨਾਲ ਵਾਅਦਾ ਕੀਤਾ ਮੇਰੇ ਰਾਗੀ ਢਾਡੀ ਵੀਰਾਂ ਦੇ ਨਾਲ ਮੇਰੇ ਪਾਠੀ ਗਰੰਥੀ ਵੀਰਾਂ ਦੇ ਨਾਲ ਅਸੀਂ ਜੋ ਵਾਅਦਾ ਕੀਤਾ ਹੈ ਉਹਨਾਂ ਭੈਣਾਂ ਦੇ ਨਾਲ ਜਿਨ੍ਹਾਂ ਦੇ ਘਰਾਂ ਤੇ ਸੁਆਗ ਚਲੇ ਗਏ ਇਸ ਕੋਵਿਡ ਦੇ ਦੌਰਾਨ ਆਰਥਿਕ ਉਹਨਾਂ ਦੀ ਸਮਰਥਨ ਦਾਦ ਕਰਨ ਦੀ ਭਾਵੇਂ ਸਾਡੇ ਨਾਮਿਨੇਸ਼ਨ ਰੱਦ ਹੋ ਜਾਣਾ ਸੀ ਪ੍ਰਵਾਹ ਨਹੀਂ ਕਰਾਂਗੇ ਪਿੱਛੇ ਨਹੀਂ ਹਟਾਂਗੇ ਜੋ ਤੜਨਾ ਵਾਅਦਾ ਕੀਤਾ ਉਹਨੂੰ ਨਿਭਾ ਕੇ ਛੱਡਾਂਗੇ ਮੈਂ ਤੁਹਾਨੂੰ ਕਹਿੰਦਾ ਪ੍ਰਵਾਹ ਨਾ ਕਰੋ ਬਿਲਕੁਲ ਨਾ ਡਰੋ ਤੁਸੀਂ ਆਪਣੇ ਜਿਹੜੇ ਫਾਰਮ ਭਰੋ ਜ ਫਾਰਮ ਭਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਮੈਂ ਜਿੱਦੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਇਹ ਤੁਹਾਡਾ ਇਸਤੇਮਾਲ ਕਰਦੇ ਪਏ ਨੇ ਤੁਹਾਨੂੰ ਯੂਜ਼ ਕਰਦੇ ਪਏ ਨੇ ਤੁਹਾਡੀਆਂ ਸਰਕਾਰਾਂ ਤੋਂ ਸਾਨੂੰ ਨੋਟਿਸ ਦਿਵਾ ਕੇ ਕੰਮ ਰੁਕਾਉਂਦੇ ਪਏ ਨੇ ਤੁਸੀਂ ਇਹਨਾਂ ਦੇ ਹੱਥ ਟੋਕੇ ਨਾ ਬਣੋ ਤੁਸੀਂ ਸੰਗਤ ਦਾ ਸਾਥ ਦਿਓ ਗੁਰੂ ਦੇ ਸਿੱਖਾਂ ਦਾ ਸਾਥ ਦਿਓ ਤੁਸੀਂ ਉਹਨਾਂ ਦਾ ਸਾਥ ਦਿਓ ਜਿਨ੍ਹਾਂ ਨੇ 400 ਬੈੱਡ ਦਾ ਹਸਪਤਾਲ ਬਣਾ ਕੇ ਹਜ਼ਾਰਾਂ ਜਾਨਾਂ ਬਚਾਈਆਂ ਤੁਸੀਂ ਉਹਨਾਂ ਦਾ ਸਾਥ ਦਿਓ ਜਿਹੜਾ 700 ਬੈੱਡ ਦਾ ਹਸਪਤਾਲ ਬਣਾ ਕੇ ਦਿੱਲੀ ਦੇ ਸਿੱਖਾਂ ਦੀ ਅਮਦਾਦ ਕਰਦੇ ਪਏ ਨੇ ਤੁਸੀਂ ਉਹਨਾਂ ਦਾ ਸਾਥ ਦਿਓ ਜਿਹੜੇ ਰਾਗੀ ਢਾਡੀ ਕੀਰਤਨ ਦਾ ਸਾਥ ਦਿੰਦੇ ਪਏ ਨੇ ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬਿਹਾਫ ਤੇ ਦਿੱਲੀ ਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੇ ਤਾਂਕਿ ਕੋਈ ਰਾਗੀ ਢਾਡੀ ਨੂੰ ਇਹ ਨਾ ਡਰ ਲੱਗੇ ਕਿ ਉਹਦੀ ਆਰਥਿਕ ਅਮਦਾਦ ਕਿਤੇ ਰੁਕ ਜਾਊਗੀ ਵਾਹਿਗੁਰੂ ਜੀ ਕਾ